ਸ਼੍ਰੋਮਣੀ ਅਕਾਲੀ ਦਲ ਐਸ ਸੀ ਵਿੰਗ ਨੇ ਨਸ਼ਿਆਂ ਵਿਰੁੱਧ ਕੀਤੀ ਮੀਟਿੰਗ। ਘਰ ਬਚਾਓ, ਸਮਾਜ ਬਚਾਓ, ਝੰਡੇ ਥੱਲੇ ਪਿੰਡ ਪਿੰਡ ਮੀਟਿੰਗਾਂ ਕਰਨ ਦਾ ਕੀਤਾ ਐਲਾਨ। ਨਸ਼ਿਆਂ ਕਰਕੇ ਆਏ ਦਿਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਨੂੰ ਲੈ ਕੇ ਪੰਜਾਬ ਦਾ ਹਰ ਵਸਨੀਕ ਚਿੰਤਾ ਦੇ ਆਲਮ ਵਿੱਚ ਡੁੱਬਾ ਹੋਇਆ ਹੈ। ਨਸ਼ਿਆਂ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਐਸ ਸੀ ਵਿੰਗ ਨੇ ਅੱਜ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਸਾਹੂਕੀ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਕਰਕੇ ਐਲਾਨ ਕੀਤਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇਸ ਭੈੜੀ ਅਲਾਮਤ ਤੋਂ ਬਚਾਉਣ ਲਈ ਐਸ ਸੀ ਵਿੰਗ ਆਪਣਾ ਬਣਦਾ ਯੋਗਦਾਨ ਪਾਏਗਾ। ਘਰ ਬਚਾਓ, ਸਮਾਜ ਬਚਾਓ ਮਿਸ਼ਨ ਦੇ ਝੰਡੇ ਥੱਲੇ ਕੀਤੀ ਗਈ ਇਸ ਵਿਸ਼ੇਸ਼ ਮੀਟਿੰਗ ਵਿੱਚ ਜ਼ਿਲ੍ਹੇ ਭਰ ਦੇ ਸਾਰੇ ਸਰਕਲਾਂ ਤੋਂ ਪੁੱਜੇ ਐਸ ਸੀ ਵਿੰਗ ਦੇ ਆਗੂਆਂ ਅਤੇ ਵਰਕਰਾਂ ਦੀ ਭਰਵੀਂ ਸ਼ਮੂਲੀਅਤ ਕੀਤੀ। ਇਸ ਮੌਕੇ ਐਲਾਨ ਕੀਤਾ ਗਿਆ ਕਿ ਨਸ਼ਿਆਂ ਵਿਰੁੱਧ ਲੋਕ ਲਹਿਰ ਖੜੀ ਕਰਨ ਲਈ ਪਹਿਲਾਂ ਸਰਕਲ ਪੱਧਰ 'ਤੇ ਅਤੇ ਫਿਰ ਪਿੰਡ ਪਿੰਡ ਮੀਟਿੰਗਾਂ ਕਰਕੇ ਜਿੱਥੇ ਨੌਜਵਾਨਾਂ ਨੂੰ ਇਸ ਭੈੜੀ ਲਾਹਨਤ ਤੋਂ ਦੂਰ ਰਹਿਣ ਲਈ ਲਾਂਭਤ ਕੀਤਾ ਜਾਵੇਗਾ, ਉੱਥੇ ਕਿਸੇ ਤਰ੍ਹਾਂ ਬੁਰੀ ਸੰਗਤ ਦਾ ਸ਼ਿਕਾਰ ਹੋ ਚੁੱਕੇ ਨੌਜਵਾਨਾਂ ਨੂੰ ਵੀ ਸਿੱਧੇ ਰਾਹ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਸਾਹੂਕੇ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਨੌਜਵਾਨਾਂ ਨੂੰ ਲੱਗੀ ਸਿੰਥੈਟਿਕ ਨਸ਼ੇ ਦੀ ਲੱਤ ਨੇ ਅਨੇਕਾਂ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਉਹਨਾਂ ਕਿਹਾ ਕਿ ਘਰ ਬਚਾਓ, ਸਮਾਜ ਬਚਾਓ ਮਿਸ਼ਨ ਦਾ ਮੁੱਖ ਮਨੋਰਥ ਇਹ ਹੈ ਕਿ ਪਹਿਲਾਂ ਹਰ ਕੋਈ ਆਪਣੇ ਪਰਿਵਾਰ ਨੂੰ ਨਸ਼ਾ ਮੁਕਤ ਕਰਨ ਦੇ ਨਾਲ ਨਾਲ ਆਲੇ ਦੁਆਲੇ ਅਤੇ ਫਿਰ ਸਾਰੇ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਉਪਰਾਲੇ ਕਰੇ। ਇਸ ਨਾਲ ਹੀ ਨਰੋਏ ਸਮਾਜ ਦੀ ਸਿਰਜਣਾ ਹੋ ਸਕਦੀ ਹੈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਐਸ ਸੀ ਵਿੰਗ ਮਾਲਵਾ ਜ਼ੋਨ ਦੇ ਪ੍ਰਧਾਨ ਬਲਵਿੰਦਰਪਾਲ ਸਿੰਘ ਹੈਪੀ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਖਾ ਰਹੇ ਨਸ਼ੇ ਨੂੰ ਜੜੋਂ ਖਤਮ ਕਰਨ ਲਈ ਹੁਣ ਠੋਸ ਉਪਰਾਲੇ ਕਰਨ ਦੀ ਲੋੜ ਹੈ। ਇਸ ਮੌਕੇ ਸਕੱਤਰ ਜਨਰਲ ਸਰਪੰਚ ਰਣਧੀਰ ਸਿੰਘ ਸਾਹਿਬ ਥਰਾਜ, ਸਾਬਕਾ ਵਿਧਾਇਕ ਬਲਦੇਵ ਸਿੰਘ ਪੱਟੀ, ਹਰਮੇਸ਼ ਸਿੰਘ ਸਰਕਲ ਪ੍ਰਧਾਨ ਸਮਾਜਸਰ, ਮਲਕੀਤ ਸਿੰਘ ਖਾਈ, ਜਿੰਦਰਪਾਲ ਸਿੰਘ ਮੋਗਾ, ਜਗਤਾਰ ਸਿੰਘ ਐਮ ਸੀ, ਗੁਰਬਖਸ਼ ਸਿੰਘ ਰਣੀਆ ਸਰਕਲ ਪ੍ਰਧਾਨ ਬਧਨੀ, ਬਲਕਾਰ ਸਿੰਘ ਸਰਪੰਚ ਕੋਟਲਾ ਰਾਏਗੜ੍ਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਦੇ ਵਰਕਰ ਹਾਜ਼ਰ ਸਨ। ਪੰਜਾਬ ਗਲੋਬਲ ਲਈ ਮੋਗਾ ਤੋਂ ਅਮਰਜੀਤ ਬਬਲੀ ਦੇ ਨਾਲ ਜੋਗਿੰਦਰ ਸਿੰਘ ਦੀ ਰਿਪੋਰਟ। ਅੱਜ ਸਾਡੇ ਸ਼੍ਰੋਮਣੀ ਅਕਾਲੀ ਦਲ ਐਸ ਸੀ ਵਿੰਗ ਦੀ ਜੋ ਮੀਟਿੰਗ ਸੀ, ਇਹਦੇ ਵਿੱਚ ਮੇਨ ਮੁੱਦਾ ਇਹ ਸੀ ਵੀ ਪੰਜਾਬ ਦੀ ਨੌਜਵਾਨੀ ਨੂੰ ਕਿਵੇਂ ਬਚਾਇਆ ਜਾਵੇ। ਜੋ ਸਾਡੇ ਨੌਜਵਾਨ ਗਲਤ ਨਸ਼ਿਆਂ ਦੇ ਵਿੱਚ ਪੈ ਚੁੱਕੇ ਆ, ਉਸ ਨੂੰ ਰੋਕਣ ਵਾਸਤੇ ਐਸ ਸੀ ਵਿੰਗ ਸਰਦਾਰ ਭੁਪਿੰਦਰ ਸਿੰਘ ਸਾਹੂ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਪੂਰੇ ਮੋਗੇ ਦੀ ਮੀਟਿੰਗ ਕੀਤੀ। ਉਹਦੇ ਵਿੱਚ ਮੁੱਖ ਮੁੱਦਾ ਇਹ ਸੀ ਵੀ ਕਿਸ ਤਰ੍ਹਾਂ ਸਾਡੇ ਪੰਜਾਬ ਨੂੰ, ਜ਼ਿਲ੍ਹੇ ਨੂੰ, ਘਰ ਨੂੰ, ਪਰਿਵਾਰ ਨੂੰ ਬਚਾਇਆ ਜਾਵੇ। ਕੀ ਵਿਚਾਰਾਂ ਹੋਈਆਂ ਇੱਥੇ? ਵਿਚਾਰਾਂ ਇਹ ਹੋਈਆਂ ਵੀ ਕਿਸ ਤਰ੍ਹਾਂ ਬਚਾਇਆ ਜਾ ਸਕਦਾ। ਸਭ ਤੋਂ ਪਹਿਲਾਂ ਇਹੀ ਸੀ ਵੀ ਸਭ ਤੋਂ ਪਹਿਲਾਂ ਸਾਨੂੰ ਆਪਣੇ ਪਰਿਵਾਰ ਨੂੰ ਬਚਾਉਣ ਦੀ ਜ਼ਰੂਰਤ ਹੈ। ਜੇ ਅਸੀਂ ਆਪਣਾ ਪਰਿਵਾਰ ਬਚਾ ਲਿਆ ਤਾਂ ਸਾਡਾ ਪਿੰਡ ਵੀ ਬਾਜੂ, ਸਾਡਾ ਜ਼ਿਲ੍ਹਾ ਵੀ ਬਾਜੂ, ਸਾਡਾ ਪੰਜਾਬ ਵੀ ਬਾਜੂ, ਸਾਡੀ ਜਵਾਨੀ ਵੀ ਬਾਜੂ, ਸਾਡੇ ਪਰਿਵਾਰ ਵੀ ਬਾਜਾਂ। ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਦਰਵੇਸ਼ ਸਿਆਸਤਦਾਨ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਿਸ਼ਾ ਨਿਰਦੇਸ਼ ਥੱਲੇ ਅੱਜ ਬਹੁਤ ਵੱਡੀ ਮੀਟਿੰਗ ਕੀਤੀ ਹੈ। ਕੀ ਮੁੱਦੇ ਕੀ ਰਹੇ ਅੱਜ ਦੀ ਮੀਟਿੰਗ ਦਾ ਮੇਨ ਮੁੱਦੇ ਕੀ ਸੀ? ਮੇਨ ਮੁੱਦਾ ਇੱਕ ਤਾਂ ਜੀ ਸਾਡਾ ਇਹੀ ਹੈ ਵੀ ਜਿਹੜਾ ਭਾਵੇਂ ਸਰਕਾਰਾਂ ਜਿਹੜੇ ਮਰਜ਼ੀ ਹੋਵੇ, ਸਰਕਾਰਾਂ ਨੂੰ ਭੰਡ ਕੇ ਅਸੀਂ ਇਹਦਾ ਮਸਲਾ ਨਹੀਂ ਹੱਲ ਕਰ ਸਕਦੇ। ਅਸੀਂ ਇਹੀ ਸਾਡੇ ਭਾਈਚਾਰੇ ਨੂੰ ਇਕੱਠਾ ਕਰਕੇ ਐਸ ਸੀ ਭਾਈਚਾਰੇ ਨੂੰ ਇਹ ਬੇਨਤੀਆਂ ਕੀਤੀਆਂ, ਪਹਿਲਾਂ ਅਸੀਂ ਆਪਣੇ ਘਰ ਬੱਚਿਆਂ ਨੂੰ ਪੂਰੇ ਨਿਗਾਹ ਰੱਖ ਕੇ ਉਹਨਾਂ 'ਤੇ ਪਹਿਰਾ ਦੇ ਕੇ ਆਪਣਾ ਘਰ ਬਚਾਵਾਂਗੇ, ਨਾਲ ਦਾ ਘਰ ਵੀ ਬਚਾਵਾਂਗੇ। ਅਤੇ ਅਸੀਂ ਉਹ ਜਿੰਨੀਆਂ ਕਮੇਟੀਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਤੋਂ ਪਿੰਡ ਪਿੰਡ ਵਾਜ ਦਿੱਤੀਆਂ, ਉਹਨਾਂ ਦਾ ਪੂਰਾ ਸਾਥ ਦੇਣ ਵਾਸਤੇ ਜਿਹੜਾ ਸਮੁੱਚੇ ਐਸ ਸੀ ਵਿੰਗ ਨੂੰ ਤਿਆਰ ਕਰਕੇ ਅੱਜ ਡਿਊਟੀਆਂ ਲਗਾਈਆਂ। ਕੀ ਅਪੀਲ ਕੀ ਕਰਦੇ ਲੋਕਾਂ ਨੂੰ, ਜਿਵੇਂ ਬਹੁਤ ਵੱਡਾ ਗੰਭੀਰ ਮੁੱਦਾ ਜੀ ਇਹ ਜਿਹੜਾ ਸਾਡੇ ਇਹ ਵਾਰਡ ਦੇ ਵਿੱਚ ਹੀ ਭਾਵੇਂ ਇਹ ਬਹੁਤ ਵੱਡਾ ਗੰਭੀਰ ਮਸਲਾ, ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਸੋਸ਼ਲ ਮੀਡੀਆ ਦੇ ਪਿੱਛੇ ਇਹ ਬਹੁਤ ਵੱਡੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਦਾ ਦੇਖਿਆ ਨਹੀਂ ਸੀ ਜਾ ਸਕਦਾ ਮਾਵਾਂ ਕਿਸ ਤਰ੍ਹਾਂ ਰੂਟਰ ਲਾ ਰਹੀਆਂ ਸੀ। ਉਹਦੇ ਤਹਿਤ ਇਹ ਸਰਕਾਰ ਨੂੰ ਅਪੀਲ ਕਰਦੇ ਹਾਂ ਮੈਂ, ਕਿਉਂਕਿ ਮੈਂ ਸਾਰੇ ਐਸ ਸੀ ਵਿੰਗ ਨੂੰ ਇਹ ਡਿਸਕਸ ਵੀ ਕੀਤੀ, ਅੱਜ ਵੀ ਕੀਤੀ, ਉਹਨਾਂ ਦੀ ਇੱਕ ਸਰਕਾਰ ਨੂੰ ਅਪੀਲ ਕਰਦੇ ਵੀ ਜੇਕਰ ਅਸੀਂ ਜਿਸ ਤਰ੍ਹਾਂ ਖਸਕਰਦੀ ਕੀਤੀ ਪਹਿਲਾਂ ਰਵਾਇਤੀ ਨਸ਼ੇ, ਜੇਕਰ ਇਹਦੇ 'ਚੋਂ ਕੱਢ ਕੇ ਅਸੀਂ ਖਸਕਰਦੀ ਕੀਤੀ, ਜਿਹੜਾ ਸਮੁੱਚਾ ਭਾਈਚਾਰਾ ਚਾਹੁੰਦਾ ਉਹ ਗਰੀਬ ਭਾਈਚਾਰਾ ਤਾਂ ਹੀ ਬਚ ਸਕਦਾ, ਤਾਂ ਨਹੀਂ ਤਾਂ ਇਹ ਨਸ਼ੇ ਵਾਲੀਆਂ ਗੋਲੀਆਂ ਖਾ ਕੇ, ਜਿੱਥੇ ਹੈਪੇਟਾਈਟਸ ਸੀ ਹੋਇਆ ਪਿਆ, ਏਡਜ਼ ਵਰਗੀਆਂ ਬਿਮਾਰੀਆਂ ਸੰਝਾਂ ਲਾ ਕੇ ਇੱਕ ਦੂਜੇ ਨੇ ਇਹ ਮਰ ਰਿਹਾ, ਇਹ ਪੰਜਾਬ ਮਰ ਰਿਹਾ, ਇਹਨੂੰ ਸਰਕਾਰ ਨੂੰ ਇਹ ਜ਼ਰੂਰ ਸੋਚਣਾ ਪਊ, ਨਹੀਂ ਤਾਂ ਆਉਣ ਵਾਲੇ ਜਿਹੜੇ ਸਿੱਟੇ ਆ ਉਹ ਧਿਆਨ ਰੱਖਣਗੇ। ਇਹ ਮੀਟਿੰਗ ਦਾ ਅੱਜ ਦਾ ਵਿਸ਼ੇਸ਼ ਤੌਰ 'ਤੇ ਨਸ਼ਿਆਂ ਦੇ ਬਾਰੇ ਸੀ, ਜਿਹੜਾ ਅੱਗੇ ਤਾਂ ਆਪਾਂ ਕਹਿ ਦਿੰਦੇ ਸੀ ਪੰਜਾਬ ਦੇ ਵਿੱਚ ਛੇਵਾਂ ਦਰਿਆ ਚੱਲਦਾ ਨਸ਼ਿਆਂ ਦਾ, ਪਰ ਹੁਣ ਛੇਵਾਂ ਦਰਿਆ ਨਹੀਂ ਹੈ, ਹੁਣ ਤਾਂ ਨਸ਼ਿਆਂ ਦਾ ਕਹਿਰ ਚੱਲ ਰਿਹਾ। ਜਿਹੜੇ ਹਿਸਾਬ ਨਾਲ ਅੱਜ ਹੁਣ ਨਸ਼ਿਆਂ ਦੇ ਦੌਰਾਨ ਨੌਜਵਾਨ ਵੀਰਾਂ ਦੀਆਂ ਮੌਤਾਂ ਹੋ ਰਹੀਆਂ, ਮੈਨੂੰ ਲੱਗਦਾ ਇਸ ਹਿਸਾਬ 'ਚ ਤਾਂ ਕਿਸੇ ਨਾ ਕਿਸੇ ਦਿਨ ਦਿਨ ਜਿਹੜੇ ਜਵਾਨੀ ਆ ਪੰਜਾਬ ਦੀ ਸਾਰੀ ਖਤਮ ਹੋ ਗਈ। ਇਹ ਅੱਜ ਸਮੇਂ ਦੀ ਲੋੜ ਸੀ, ਮੀਟਿੰਗਾਂ ਕਰਕੇ ਹਰੇਕ ਘਰ ਦੇ ਵਿੱਚ ਜਾ ਜਾ ਕੇ ਪਤਾ ਕਰੀਏ, ਹਰੇਕ ਪਿੰਡ ਜਾ ਕੇ ਪਤਾ ਕਰੀਏ
ਵੀ ਕਿੰਨਾ ਕੁ ਨਸ਼ਾ ਕਰਦੇ ਆ ਜਿਹੜੇ ਮੁੰਡੇ ਬੱਚੇ ਗਲਤ ਰਾਹ ਪੈ ਗਏ ਨਸ਼ਾ ਕਰਦੇ ਆ ਉਹਨਾਂ ਨੂੰ ਸਮਝਾ ਬੁਝਾ ਕੇ ਵਾਪਸ ਲਿਆਉਂਦਾ ਜਾਵੇ ਉਹਨਾਂ ਦਾ ਨਸ਼ਾ ਛਡਾਇਆ ਜਾਵੇ ਇਹ ਸਮੇਂ ਦੀ ਸਖ਼ਤ ਲੋੜ ਹੈ ਜਿਹੜਾ ਕਿ ਅਸੀਂ ਇਹ ਉਪਰਾਲਾ ਕੀਤਾ।